ਨੂੰ ਦੇ ਦਿੱਤਾ ਸੀ। ਤੇ ਕਰਮੇ ਨੇ ਵੀ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਭੈਣ ਦਾ ਰਿਸ਼ਤਾ ਮੱਕਰ ਸਿੰਘ ਨਾਲ ਪੱਕਾ ਕਰ ਦਿੱਤਾ। ਤੇ ਜਦੋਂ ਇਹ ਗੱਲ ਨਿਹਾਲ ਸਿੰਘ ਨੂੰ ਪਤਾ ਲੱਗੀ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ। ਮੈਨੂੰ ਬਿਨਾਂ ਪੁੱਛੇ ਦੱਸੇ ਉਹ ਦੱਸਣਾ ਸੀ ਬਾਪੂ ਜੀ। ਮੈਂ ਹੁਣ ਕੀ ਦੱਸੇਗਾ, ਜਦ ਦੱਸ ਮੇਰੀ ਚਿੱਠੀ ਨਾਲ ਹੀ ਸੌ ਵਾਰ।